ਜੀ ਸਾਰਿਆਂ ਨੂੰ ਸੋਰੀ ਜੀ, ਅਸੀਂ ਵਾਪਸੀ 'ਤੇ ਵੀਡੀਓ ਨਹੀਂ ਬਣਾ ਸਕੇ। ਸੋ ਕੱਲ੍ਹ ਅਸੀਂ ਰਾਤੀ ਕਾਫੀ ਲੇਟ ਹੋਏ ਆਏ ਘਰ, ਅਤੇ ਅੱਜ ਮੇਰਾ ਭਰਾ ਫਿਰ ਪਿੱਛੇ ਹੀ ਆਇਆ। ਉਹਦਾ ਲੋਡ ਲੈਣਾ ਸੀ ਸਾਡੀ ਸਿਟੀ 'ਚ, ਅਤੇ ਮੈਂ ਮੰਗਾਇਆ ਸੀ ਅਚਾਰੀ ਅੰਬ। ਦੇਖੋ ਐਨ ਛੋਟੀਆਂ ਛੋਟੀਆਂ ਅੰਬੀਆਂ ਆ ਅਚਾਰੀ, ਅਤੇ ਹੁਣ ਅੱਜ ਉਹਨੇ ਲਿਆ ਨਵਾਂ ਟਰੱਕ, ਅਤੇ ਉਹ ਟਰੱਕ ਲੈ ਕੇ ਆਏ, ਤੁਸੀਂ ਦੇਖਣ ਚੱਲੇ ਹਾਂ, ਅਤੇ ਉਹ ਤੁਹਾਨੂੰ ਵੀ ਦਿਖਾਈਏ। ਆਇਆ ਜੀ ਟਰੱਕ, ਸਾਡੇ ਡਰਾਈਵਰ ਸਾਹਿਬ। ਹਾਂ ਦੇਖੋ ਜੀ, ਅੰਦਰੋਂ ਦੀ ਇੱਕ ਗੱਡਾ ਆ, ਇੱਕ ਬੈਡ ਆ ਇੱਥੇ, ਬੈਡ ਤੇ ਵੀ ਬੈਲਟ ਲਾ ਨਹੀਂ ਮਿਲਦੀ ਆ, ਬੈਡ ਤੇ ਵੀ ਲਾ ਨਹੀਂ। ਇੱਧਰ ਮੰਮੀ ਜੀ ਹੁਣ ਧੋ ਸਵਾਰ ਕੇ ਅੰਬ ਕੱਟਣ ਲੱਗ ਗਏ ਅਚਾਰ ਪਾਉਣ ਲਈ। From the hills to the bay, we're covering more ground than ever. ਕਰਦਾ ਅਚਾਰ ਤਾਂ ਹਰ ਇੱਕ ਨੂੰ ਵਧੀਆ ਲੱਗਦਾ ਆ। ਪਹਿਲਾਂ ਤਾਂ ਸਾਨੂੰ ਬੜੀ ਦੇਰ ਹੋ ਗਈ ਅੰਬੀਆਂ ਕਦੀ ਮਿਲੀਆਂ ਨਹੀਂ, ਅੱਜ ਪਹਿਲੀ ਵਾਰੀ ਅੱਜ ਕੀ ਮਿਲੀਆਂ ਇੱਦਾਂ ਬਾਹਰ ਆ ਕੇ ਪਹਿਲੀ ਵਾਰੀ ਪਾਉਣ ਲੱਗੇ ਅੰਬਾਂ ਦਾ ਅਚਾਰ, ਅਤੇ ਮਿਰਚਾਂ ਦਾ ਤਾਂ ਅਦਰਕ ਦਾ ਅਤੇ ਨਿੰਬੂ ਦਾ ਪਾਉਂਦੇ ਆ ਮੰਮੀ ਅੱਗੇ। ਹਾਂਜੀ ਬੱਤੋ, ਤੁਸੀਂ ਵੀ ਖਾਣਾ? ਉਹ ਤਾਂ ਖੱਟੇ ਆ, ਦੰਦ ਖੱਟੇ ਹੋ ਜਾਊਗਾ। ਮੈਂ ਕਿਹਾ ਪਹਿਲਾਂ ਅੱਗੇ ਘਰਾਂ 'ਚ ਕੱਟਦੇ ਹੁੰਦੇ ਸੀ, ਹੁਣ ਤਾਂ ਉੱਥੇ ਕੱਟੇ ਕੱਟ ਕੇ ਦੇ ਦਿੰਦੇ ਆ ਉਹ ਜਿਹੜੇ ਬੈਠੇ ਹੁੰਦੇ ਆ। ਘਰੇ ਵੇ ਬੰਦਾ ਆਪਣੀ ਤਸੱਲੀ ਨਾਲ ਸਾਫ ਕਰਕੇ ਤਾਂ ਕੱਟ ਲੈਂਦਾ। ਉਹ ਤੋਂ ਅੰਬ ਆ ਤਾਂ ਅੰਬ ਦਾ ਹੀ ਸਵਾਦ ਆਉਣਾ। ਧਿਆਨ ਨਾ ਖਾਇਓ, ਤੂੰ ਗਲਾ ਗੁਲਾ ਨਾ ਖਰਾਬ ਕਰਾ ਲਿਓ। ਦੇਖੋ ਜੀ ਸਾਡੇ ਅੰਬ ਹੁਣ ਕੱਟੇ ਗਏ, ਸੋ ਹੁਣ ਅਸੀਂ ਇਹਨੂੰ ਡਰਾਈ ਹੋਣ ਲਈ ਰੱਖਣ ਲੱਗੇ ਹਾਂ ਫੈਲਾ ਕੇ। ਅਸੀਂ ਹੁਣ ਇਹਨੂੰ ਫੈਲਾ ਤਾ ਆ, ਸੋ ਇਹ ਡਰਾਈ ਹੋ ਚੁੱਕੇ, ਅਤੇ ਫਿਰ ਇਹਦੇ ਮਸਾਲੇ ਲਿਆ ਕੇ ਤਾਂ ਅਚਾਰ ਪਾ ਲਵਾਂਗੇ ਕੱਲ੍ਹ ਨੂੰ, ਕੱਲ੍ਹ ਨਹੀਂ ਤਾਂ ਪਰ।
देखो हम असी अंब धो सवर के कट्टे सी राती ते हुण लगे जी असी अचार पाउण अंबां दा ते उहदे लई असी लिया नमक ते लाल मिर्च मेथे हल्दी कलौंजी ते सौंफ ते सरों दा तेल ते मम्मी हुण लगे आ अचार रलाउण पीले च तां तुहानूं दिखाउंदे आ ਪਹਿਲਾਂ ਅਸੀਂ ਥੋੜ੍ਹੇ ਅੰਬ ਪਾ ਕੇ ਜਿਹੜੇ ਕੱਟੇ ਆ ਅੰਬੀਆਂ ਫਿਰ ਸਾਰੇ ਮਸਾਲੇ ਉੱਤੇ ਧੁਰ ਲਏ ਹੁਣ ਜਿਹੜੇ ਬਾਕੀ ਰਹਿ ਗਏ ਸੀ ਉਹ ਵੀ ਪਾ ਕੇ ਤਾਂ ਮੰਮੀ ਉੱਦਾਂ ਹੀ ਫਿਰ ਰਲਾਉਣ ਲੱਗੇ ਇਹਦੇ ਉੱਤੇ ਵਾਲੇ ਅੰਬਾਂ 'ਚ ਵੀ ਅਤੇ ਫਿਰ ਇਹਨਾਂ ਨੇ ਤੇਲ ਪਾ ਕੇ ਤਾਂ ਇਹਨੂੰ ਰਲਾ ਦੇਣਾ ਹਰ ਇੱਕ ਦੇ ਆਪੋ ਆਪਣੇ ਤਰੀਕੇ ਆ ਸਾਡੇ ਇੱਦਾਂ ਰਲਾਉਂਦੇ ਆ ਅਤੇ ਸਾਡੇ ਪਿੰਡ ਦੇ ਵਿੱਚ ਜਿੱਦਾਂ ਪਹਿਲਾਂ ਸਾਰਾ ਲੂਣ ਲਾਣ ਜਿੱਦਾਂ ਕਹਿ ਲਓ ਮਿਕਸ ਕਰਕੇ ਤੇਲ ਦੇ ਵਿੱਚ ਫਿਰ ਲਾਉਂਦੇ ਸੀ ਥੋੜ੍ਹਾ ਥੋੜ੍ਹਾ ਤੁਸੀਂ ਜਿੱਦਾਂ ਵੀ ਚਾਹੋ ਰਲਾ ਕੇ ਪਾ ਸਕਦੇ ਹਾਂ ਲੂਣ ਮਿਰਚ ਤਾਂ ਹਰ ਇੱਕ ਦੀ ਆਪਣੀ ਪਸੰਦ ਦਾ ਹੀ ਹੁੰਦਾ ਆ ਸਮੱਗਰੀ ਜ਼ਰੂਰ ਇਹੀ ਹੁੰਦੀ ਹਰ ਇੱਕ ਦੇ ਵਿੱਚ ਹੀ ਮੇਥੇ ਕਲੌਂਜੀ ਸੌਂਫ ਹਲਦੀ ਅਤੇ ਨਮਕ ਅਤੇ ਲਾਲ ਮਿਰਚ ਅਤੇ ਨਾਲ ਸਰੋਂ ਦਾ ਤੇਲ Thank you.
देखो जी अचार तो साड़ा रल गया है तो हम असी इनू हर रोज़ हिलाते रहेंगे एक डब्बे पा लवेंगे चुके च तो ढक्कन बंद करके बस इन हिलाते रहना है जब तक ये बन नहीं जाता। सोहना लगता तो चलो जी ये सी अज की साड़ी वीडियो तो जे तुहानू साड़ी वीडियो चंगी लगी तो प्लीज़ अगे अगे शेयर जरूर करया करो चैनल नू सबसक्राइब करया करो तो लाइक करो कमेंट भी करया करो तो कमेंट करके दस्यो कि तुसी भी अचार पाया तो किदां दा पिया तुहाडे घरे। सो मिलांगे तुहानू कल नू जी फिर कुछ नवां लैके तद तक लई सत श्री अकाल।